ਨਸ਼ਾ ਛੁਡਾਊ ਕੇਂਦਰਾਂ ਤੋਂ ਫਰਾਰ ਨੌਜਵਾਨਾਂ ਦੀ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਨਸ਼ਾ ਛੁਡਾਊ ਕੇਂਦਰ ਤੋਂ ਫਰਾਰ ਇੱਕ ਹੋਰ ਨੌਜਵਾਨ ਦੀ ਲਾਸ਼ ਬੜੀ ਦਰਿਆ ਤੋਂ ਬਰਾਮਦ ਹੋਈ ਹੈ। ਇਹ ਅਜਿਹਾ ਤੀਜਾ ਮਾਮਲਾ ਹੈ ਜਿਸ ਨੇ ਪ੍ਰਸ਼ਾਸਨ ਦੇ ਕੰਨ ਖੜੇ ਕਰ ਦਿੱਤੇ ਹਨ। ਇਸ ਤੋਂ ਇਲਾਵਾ ਪਹਿਲਾਂ ਵੀ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਡਾਕਟਰ ਅੰਬੇਡਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਸੂਬਾ ਪ੍ਰਧਾਨ ਜਤਿੰਦਰ ਮੱਟੂ ਨੇ ਸ਼ੱਕ ਜਤਾਇਆ ਹੈ ਕਿ ਇਹ ਕੋਈ ਹਾਦਸਾ ਨਹੀਂ ਹੈ ਸਗੋਂ ਕਿ ਇਹ ਕਤਲ ਹੈ। ਮਾਮਲੇ ਦੀ ਗੰਭੀਰਤਾ ਨੂੰ ਉੱਚ ਪੱਧਰੀ ਨਾਲ ਜਾਂਚ ਕਰਨਾ ਚਾਹੀਦਾ ਹੈ। ਮਤੈੜੀ ਤੋਂ ਇੱਕ ਮਤੈੜੀ ਪੈਂਦਾ ਹੈਗਾ ਸਿੱਖਾਂ ਅੰਬਾਲੇ ਦੇ ਜ਼ਿਲ੍ਹੇ ਦੇ ਵਿੱਚ ਹੈਗਾ। ਉੱਥੇ ਆਪਣਾ ਵਿੱਕੀ ਰਾਜਪੂਤ ਹੈਗਾ ਜੋ ਕਾਰਪੋਰੇਸ਼ਨ ਦੇ ਵਿੱਚ ਪੱਕਾ ਮੁਲਾਜ਼ਮ ਹੈਗਾ ਕਲਰਕ। ਉਹਨੇ ਉੱਥੇ ਸੈਂਟਰ ਨਜਾਇਜ਼ ਖੋਲਿਆ ਹੋਇਆ ਹੈਗਾ ਅਤੇ ਉਹਨਾਂ ਨੇ ਕੱਲ੍ਹ ਉੱਥੇ ਕੁੱਟਮਾਰ ਕਰਕੇ ਮੁੰਡੇ ਭਜਾਏ ਨੇਗੇ ਸਾਹਮਣੇ ਜੀ। ਸਾਡੇ ਵੀ ਲਿਆ ਕੇ ਪੂਰੇ ਮੁੰਡਿਆਂ ਨਾਲ ਆਹੀ ਕੁਛ ਹੋਇਆ ਜੋ ਕੁਛ ਆ ਮੁੰਡਾ ਪਿਆ ਹੈਗਾ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਸਾਰੇ ਨੌਜਵਾਨਾਂ ਨੂੰ ਅੰਬਾਲਾ ਦੇ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਕਰਵਾਇਆ ਗਿਆ ਸੀ। ਇਹਨਾਂ ਨੌਜਵਾਨਾਂ ਨੂੰ ਪੰਕਜ ਨਾਂ ਦਾ ਵਿਅਕਤੀ ਆਪਣੇ ਨਾਲ ਲੈ ਗਿਆ ਸੀ ਜੋ ਕਿ ਖੁਦ ਵੀ ਨਸ਼ੇ ਦਾ ਆਦੀ ਸੀ। ਇਲਜ਼ਾਮ ਹਨ ਕਿ ਪੰਕਜ ਅਤੇ ਕੁਝ ਹੋਰ ਲੋਕਾਂ ਨੇ ਅੰਬਾਲਾ 'ਚ ਨਜਾਇਜ਼ ਤੌਰ 'ਤੇ ਨਸ਼ਾ ਛੁਡਾਊ ਕੇਂਦਰ ਖੋਲ੍ਹਿਆ ਹੋਇਆ ਸੀ ਜਿੱਥੇ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਪੁਲਿਸ ਨੇ ਸੋਮਵਾਰ ਨੂੰ ਬਰਾਮਦ ਕੀਤੀਆਂ ਦੋਨਾਂ ਲਾਸ਼ਾਂ ਦੀ ਪਛਾਣ ਕਰਵਾ ਲਈ ਸੀ। ਇੱਕ ਹੋਰ ਲਾਸ਼ ਮਿਲਣ ਤੋਂ ਬਾਅਦ ਪੁਲਿਸ ਦੀ ਲਗਾਤਾਰ ਮਾਮਲੇ ਵੱਲ ਗੰਭੀਰਤਾ ਵੱਧਦੀ ਜਾ ਰਹੀ ਹੈ। ਕੱਲ੍ਹ ਮਿਲੀ ਅਸੀਂ ਡੈੱਡ ਬੋਡੀਆਂ ਤੋਂ ਉਹਨਾਂ ਦਾ ਪਰਚਾ ਦਰਜ ਕਰਤਾ ਸੀ 300 ਜਿਹੜੀ ਅੱਜ ਡੈੱਡ ਬੋਡੀ ਮਿਲੀ ਹੈ ਇਹਦੇ ਬਾਰੇ ਆਪਾਂ ਤਫਤੀਸ਼ ਕਰਨੀ ਪੈਣੀ ਹੈ ਵੀ ਉਹਨਾਂ ਦਾ ਨਾਲ ਦੀ ਸੀ ਕਿ ਜਾਂ ਇਹ ਵੱਖਰੀ ਹੈ। ਠੀਕ ਹੈ ਜੀ, ਉਹ ਚਾਰ ਬੰਦਿਆਂ ਨਾਲ ਮੁਕੱਦਮਾ ਦਰਜ ਹੋ ਗਿਆ ਜਿਹੜਾ ਅੱਜ ਹੋਇਆ। ਵਿਜੇ, ਵਿੱਕੀ ਰਾਜਪੂਤ ਅਤੇ ਮੋਹਿਤ ਵਰਮਾ ਕਾਕਾ ਅਤੇ ਆਪਣਾ ਹੋਰ ਨਾਲ ਦਾ ਸੈਮੀ ਅਤੇ ਚਾਰ ਬੰਦੇ ਪਰਚਾ ਦਰਜ ਹੋ ਗਿਆ। ਲਗਾਤਾਰ ਇਹਨਾਂ ਨੌਜਵਾਨਾਂ ਦੀ ਲਾਸ਼ਾਂ ਮਿਲਣ ਦੀ ਵਾਰਦਾਤ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟਾਂ ਰਾਹੀਂ ਦੱਸੋ ਅਤੇ ਹੋਰ ਖਬਰਾਂ ਲਈ ਵੇਖਦੇ ਰਹੋ TV9 ਪੰਜਾਬ ਹਿਮਾਚਲ ਜੰਮੂ ਕਸ਼ਮੀਰ।